ਅਕਾਲ ਪੁਰਖ ਦੇ ਸਤਸਾਲਾਂ ਦੇ ਸਾਡੇ ਖਾਸ ਪ੍ਰੋਗਰਾਮ ਏਕ ਓਂਕਾਰ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗੁਰੂ ਕੀ ਸਾਜੀ ਨਿਵਾਜੀ ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜਾਣਦੇ ਹੋ ਕਿ ਪ੍ਰੋਗਰਾਮ ਏਕ ਓਂਕਾਰ ਦਾ ਸਾਡਾ ਮਕਸਦ ਹੁੰਦਾ ਹੈ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਤੁਰਕੀ ਬਾਣੀ ਦੇ ਜੋ ਰੱਬੀ ਸੁਨੇਹੇ ਸਾਨੂੰ ਦਿੱਤੇ ਨੇ ਗੁਰੂ ਸਾਹਿਬਾਨਾਂ ਨੇ ਸਹੀ ਜੀਵਨ ਜਾਚ ਜਿਉਣ ਦੇ ਲਈ, ਉਹ ਅਸੀਂ ਆਪ ਸਭ ਤੱਕ ਸਹੀ ਅਰਥਾਂ ਦੇ ਵਿੱਚ ਅਤੇ ਸਰਲ ਅਰਥਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਤਿਕਾਰਯੋਗ ਮਹਿਮਾਨਾਂ ਦੇ ਜ਼ਰੀਏ। ਨਾਲ ਹੀ ਸਮੇਂ ਸਮੇਂ 'ਤੇ ਸਿੱਖ ਇਤਿਹਾਸ ਦੀ ਮਹਿਮਾ ਕਰਨਾ, ਸਿੱਖ ਕੌਮ ਵੱਲੋਂ ਜੋ ਇਤਿਹਾਸਿਕ ਦਿਹਾੜੇ ਖਾਸ ਤੌਰ 'ਤੇ ਮਨਾਏ ਜਾਂਦੇ ਨੇ ਉਹਨਾਂ ਦਾ ਜਾਹੋ ਜਲਾਲ ਆਪ ਸਭ ਨਾਲ ਸਾਂਝਾ ਕਰਨਾ, ਇਹ ਵੀ ਪ੍ਰੋਗਰਾਮ ਏਕ ਓਂਕਾਰ ਦਾ ਹਿੱਸਾ ਹੈ। ਸੋ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ ਬੀਬੀ ਹਰਪ੍ਰੀਤ ਕੌਰ ਵਾਹਿਨੂਰ ਜੀ, ਜੋ ਕਿ ਗੁਰਮਤਿ ਪ੍ਰਚਾਰਕ ਨੇ, ਦੇਸ਼ ਵਿਦੇਸ਼ ਦੇ ਵਿੱਚ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ। ਹਰਪ੍ਰੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਸਾ ਕੀ ਵਾਰ ਦੀ ਲੜੀ ਵਾਰ ਵਿਆਖਿਆ ਚੱਲ ਰਹੀ ਹੈ, ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਉਹਨਾਂ ਨੇ ਸੁਮਤ ਬਖਸ਼ੀ ਅਤੇ ਅਸੀਂ ਆਸਾ ਕੀ ਵਾਰ ਦੀ ਜੋ ਵਿਆਖਿਆ ਸ਼ੁਰੂ ਕੀਤੀ। ਹੁਣ ਤੱਕ ਅਲੱਗ ਅਲੱਗ ਮਹਿਮਾਨਾਂ ਨੇ ਸਾਡੇ ਕੋਲ ਆ ਕੇ, ਅਲੱਗ ਅਲੱਗ ਵਿਦਵਾਨਾਂ ਨੇ ਆ ਕੇ ਆਸਾ ਕੀ ਵਾਰ ਦੇ ਜੋ ਅਰਥ ਨੇ ਆਪ ਸਭ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਪੂਰੀ ਆਸ ਕਰਦੇ ਹਾਂ ਕਿ ਆਸਾ ਕੀ ਵਾਰ, ਜੋ ਕਿ ਇੱਕ ਬਹੁਤ ਹੀ ਮਨੋਹਰ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਇੱਕ ਕ੍ਰਾਂਤੀਕਾਰੀ ਜੋ ਰਚਨਾ ਅਸੀਂ ਕਹਿ ਸਕਦੇ ਹਾਂ, ਉਸ ਸਮਾਜ ਦੇ ਵੇਲੇ ਬਿਲਕੁਲ ਕ੍ਰਾਂਤੀਕਾਰੀ ਰਚਨਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ ਉਸ ਵੇਲੇ ਦੇ ਹਾਲਾਤਾਂ ਨੂੰ ਵਖਿਆਨ ਕੀਤਾ, ਉਹ ਸਭ ਇਸ ਦੇ ਵਿੱਚ ਖੁੱਲ੍ਹੇ ਸ਼ਬਦਾਂ ਦੇ ਵਿੱਚ ਆਸਾ ਕੀ ਵਾਰ ਦੇ ਵਿੱਚ ਸਾਨੂੰ ਮਿਲਦਾ, ਅਤੇ ਨਾਲ ਹੀ ਨਾਲ ਕਿਸ ਤਰ੍ਹਾਂ ਅਸੀਂ ਇੱਕ ਸਹੀ ਮਨੁੱਖਾ ਜੀਵਨ ਜੀ ਕੇ ਜਾ ਸਕਦੇ ਹਾਂ, ਉਹ ਸਾਰੇ ਸਾਨੂੰ ਸੋਲਿਊਸ਼ਨ ਗੁਰੂ ਪਾਤਸ਼ਾਹ ਨੇ ਦੱਸੇ ਨੇ, ਸਾਰੇ ਗੁਰ ਦੱਸੇ ਨੇ। ਸੋ ਆਸਾ ਕੀ ਵਾਰ ਦੀ ਬੀਤੇ ਦਿਨ ਅਸੀਂ ਜੋ ਵਿਆਖਿਆ ਕੀਤੀ ਸੀ 20ਵੀਂ ਪੌੜੀ ਦੀ, ਸ਼ਲੋਕਾਂ ਦੀ ਵਿਆਖਿਆ ਹੋ ਚੁੱਕੀ ਸੀ, ਪੌੜੀ ਦੀ ਵਿਆਖਿਆ ਵੀ ਸੰਖੇਪ ਦੇ ਵਿੱਚ ਹੋ ਚੁੱਕੀ ਸੀ, ਪਰ ਅਸੀਂ ਸਭ ਤੋਂ ਪਹਿਲਾਂ ਅੱਜ 20ਵੀਂ ਪੌੜੀ ਦੀ ਵਿਆਖਿਆ ਕਰਾਂਗੇ, ਉਸ ਤੋਂ ਬਾਅਦ ਫਿਰ ਅਸੀਂ 21ਵੀਂ ਪੌੜੀ ਵੱਲ ਵਧਾਂਗੇ। ਸ਼ੁਰੂ ਕਰਦੇ ਹਾਂ ਅੱਜ ਦਾ ਧਰਮ ਵਿਚਾਰ। ਸੋ ਹਰਪ੍ਰੀਤ ਕੌਰ ਜੀ, ਕੱਲ੍ਹ ਜਿਸ ਤਰ੍ਹਾਂ ਅਸੀਂ ਕਰ ਰਹੇ ਸੀ ਲੜੀਵਾਰ ਵਿਆਖਿਆ ਚੱਲ ਰਹੀ ਸੀ, ਅਤੇ ਅੱਜ ਉੱਥੋਂ ਹੀ ਅਸੀਂ ਸਟਾਰਟ ਕਰਨਾ ਚਾਹਾਂਗੇ, ਜੋ 20ਵੀਂ ਪੌੜੀ ਹੈ ਉੱਥੋਂ ਸ਼ੁਰੂਆਤ ਕਰਦੇ ਹਾਂ ਅੱਜ ਦੀ। ਹਾਂਜੀ ਹਾਂਜੀ, ਜਿਸ ਤਰ੍ਹਾਂ ਕੱਲ੍ਹ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਜੀ ਨੇ ਇਸ ਸਲੋਕ ਅਤੇ ਇਸ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ ਕਿ ਇਹ ਮਨੁੱਖ ਤੂੰ ਸੰਸਾਰ ਦੇ ਵਿੱਚ ਵਿਚਰਨਾ ਕਿਵੇਂ ਹੈ, ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਦੇ ਨਾਲ ਮਿੱਠਾ ਬੋਲ, ਆਪਣੀ ਜ਼ੁਬਾਨ ਦੇ ਨਾਲ ਐਸਾ ਅਲਫਾਜ਼ ਨਾ ਬੋਲੀ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚਾਵੇ, ਅਤੇ ਬਾਅਦ ਵਿੱਚ ਪਾਤਸ਼ਾਹ ਜੀ ਨੇ ਇਹ ਆਖਿਆ ਕਿ ਨਿਰਾ ਸਿਰਫ ਪਖੰਡ ਹੀ ਨਾ ਹੋਵੇ ਤੇਰੇ ਜੀਵਨ ਦੇ ਵਿੱਚ, ਜੀਵਨ 'ਚ ਕਿਰਦਾਰ ਵੀ ਹੋਵੇ, ਜੀਵਨ ਵੀ ਹੋਵੇ ਤੇਰਾ, ਗੁਰੂ ਜੀ ਦੇ ਹੁਕਮ ਅਨੁਸਾਰ ਤੇਰਾ ਜੀਵਨ ਵੀ ਹੋਵੇ। ਬਿਲਕੁਲ। ਤੇ ਹੁਣ ਪੌੜੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਨੇ ਜਿਵੇਂ ਮੈਂ ਕੱਲ ਬੇਨਤੀ ਕੀਤੀ ਕਿ ਸੋਲਿਊਸ਼ਨ ਦੱਸਿਆ, ਹੱਲ ਦੱਸਿਆ ਕਿ ਇਹ ਮਨੁੱਖ ਤੂੰ ਹੁਣ ਕੀ ਕਰਨਾ ਹੈ, ਪੱਖ ਰੱਖ ਕੇ ਆਪਣਾ ਸਬਜੈਕਟ ਰੱਖ ਕੇ ਹੁਣ ਸਾਨੂੰ ਪਾਤਸ਼ਾਹ ਜੀ ਨੇ ਦੱਸਿਆ, ਜਿਵੇਂ ਆਪਾਂ ਪੌੜੀ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੇ ਧਾਰੀਐ, ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੂ ਵਿਸਾਰੀਐ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਪਾਤਸ਼ਾਹ ਜੀ ਨੇ ਆਖਿਆ ਐ ਮਨੁੱਖ ਗੁਰੂ ਜੀ ਦੇ ਹੁਕਮ ਅਨੁਸਾਰ ਹੀ ਸੰਸਾਰ ਵਿੱਚ ਸਾਰੇ ਜੀ ਆਉਂਦੇ ਨੇ, ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮੰਦਾ ਹੈ, ਕਿਉਂਕਿ ਈਰਖਾ ਨਾ ਕਰਨ ਲੱਗ ਪਵੇ ਕਿ ਸ਼ਾਇਦ ਆਹ ਮਨੁੱਖ ਚੰਗਾ ਹੈ ਤੇ ਆਹ ਮਾੜਾ ਹੈ। ਬਿਲਕੁਲ। ਜੋ ਵੀ ਹੈ ਪਰਮੇਸ਼ਵਰ ਦੇ ਹੁਕਮ ਅਨੁਸਾਰ ਹੈ, ਪਰ ਤੇਰਾ ਕੰਮ ਕੀ ਹੈ, ਮੇਨ ਤੇਰਾ ਕੰਮ ਕੀ ਹੈ ਕਿ ਤੂੰ ਉਸ ਪਰਮੇਸ਼ਵਰ ਦੀ ਭਗਤੀ ਕਰ, ਉਸ ਪਰਮੇਸ਼ਵਰ ਦੀ ਪੂਜਾ ਕਰ ਜਿਸ ਪਰਮੇਸ਼ਵਰ ਨੇ ਤੈਨੂੰ ਪੈਦਾ ਕੀਤਾ ਹੈ। ਬਿਲਕੁਲ। ਕੋਈ ਮਨੋਰਥ ਹੈ ਤਾਂ ਹੀ ਤੂੰ ਸੰਸਾਰ ਵਿੱਚ ਜਨਮ ਲਿਆ ਏ। ਜਦੋਂ ਆਪਾਂ ਅਖੀਰਲੀ ਪੰਕਤੀ ਪੜ੍ਹਦੇ ਹਾਂ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਪਾਤਸ਼ਾਹ ਜੀ ਕਿਹੜੇ ਕਾਜ ਦੀ ਗੱਲ ਕਰ ਰਹੇ ਨੇ, ਜਿਹੜੀ ਕਾਜ ਆਪਾਂ ਸਲੋਕ ਵਿੱਚ ਪੜ੍ਹ ਕੇ ਗਏ ਹਾਂ। ਮਹਾਰਾਜ ਕਹਿੰਦੇ ਨੇ ਭਲਿਆ ਆਪਣਾ ਜੀਵਨ ਬਣਾ, ਉਹ ਕਾਜ ਨੂੰ ਸਵਾਰ ਲੈ, ਕਿਉਂਕਿ ਅਜੇ ਤੇਰੇ ਕੋਲ ਜੀਵਨ ਹੈ, ਜ਼ਿੰਦਗੀ ਹੈ, ਇਹਦਾ ਮਤਲਬ ਤੂੰ ਸਵਾਸ ਰਹਿ ਰਿਹਾ ਹੈ, ਇਹਦਾ ਮਤਲਬ ਅਜੇ ਤੇਰੇ ਹੱਥਾਂ ਵਿੱਚ ਤੇਰਾ ਕਾਜ ਹੈ, ਤੂੰ ਸਵਾਰ ਸਕਦਾ ਹੈ ਆਪਣੇ ਆਪ ਨੂੰ। ਸੋ ਪਾਤਸ਼ਾਹ ਜੀ ਨੇ ਆਖਿਆ ਆਪਣੇ ਜੀਵਨ ਨੂੰ ਵੀ ਬਦਲ ਗੁਰੂ ਦੇ ਹੁਕਮ ਅਨੁਸਾਰ, ਤੇ ਜੇਕਰ ਅੰਦਰ ਤੇਰਾ ਜੀਵਨ ਬਣਿਆ ਹੈ ਤੇ ਬਾਹਰੋਂ ਆਪਣੇ ਆਪ ਹੀ ਪ੍ਰਗਟ
ਹੋ ਜਾਏਗਾ। ਬਿਲਕੁਲ ਬਿਲਕੁਲ। ਸੋ ਇਸ ਪੌੜੀ ਦੀ ਵਿਆਖਿਆ ਜਿਹੜੀ ਉਹ ਸੰਪੂਰਨ ਹੋ ਚੁੱਕੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਜਿਹੜਾ ਉਪਦੇਸ਼ ਸਾਨੂੰ ਦਿੱਤਾ ਹੈ। ਔਰ ਅਗਲੀ ਪੌੜੀ ਦੇ ਵੀ ਦੋ ਸਲੋਕ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਇਸ ਪੌੜੀ ਦੇ ਸਲੋਕ ਨੇ ਜਿਹੜੇ ਉਹਨਾਂ ਦੀ ਰਚਨਾ ਕੀਤੀ ਹੈ। ਪੌੜੀ ਹੈ ਜਿਤ ਸੇਵਿਆ ਸੁੱਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀਏ। ਪਹਿਲਾਂ ਅਸੀਂ ਚਾਹਾਂਗੇ ਕਿ ਇਸ ਪੌੜੀ ਨੂੰ ਗਾਇਨ ਰੂਪ 'ਚ ਅਸੀਂ ਸੁਣੀਏ ਅਤੇ ਫਿਰ ਉਸ ਤੋਂ ਬਾਅਦ ਵਿਆਖਿਆ ਸ਼ੁਰੂ ਕਰਦੇ ਹਾਂ। ਪੌੜੀ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਸ ਲਾਹੇ ਉੱਪਰ ਕਾਲੀਐ। ਜੀ ਬਿਲਕੁਲ, ਪਾਤਸ਼ਾਹ ਜੀ ਨੇ ਇਸ ਪੌੜੀ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹ ਮਨੁੱਖ ਉਸ ਪਰਮੇਸ਼ਵਰ ਦੀ ਸੇਵਾ ਕਰ, ਉਸ ਪਰਮੇਸ਼ਵਰ ਨੂੰ ਧਿਆ, ਜਿਹੜਾ ਪਰਮੇਸ਼ਵਰ ਜਿਸ ਪਰਮੇਸ਼ਵਰ ਦੇ ਨਾਲ ਹੀ ਇਸ ਸੰਸਾਰ ਵਿੱਚ ਸਭ ਕੁਝ ਹੋ ਰਿਹਾ ਹੈ। ਮਹਾਰਾਜ ਕਹਿਣ ਲੱਗੇ ਉਸ ਪਰਮੇਸ਼ਵਰ ਨੂੰ ਸੰਭਾਲ ਕੇ ਰੱਖ। ਅੱਗੇ ਜਦੋਂ ਆਪਾਂ ਪੰਕਤੀ ਪੜ੍ਹਦੇ ਹਾਂ, ਜਿੱਤ ਕੀਤਾ ਪਾਈਏ ਆਪਣਾ, ਸੋ ਘਾਲ ਬੁਰੀ ਕਿਉਂ ਕਾਲੀਐ। ਪਾਤਸ਼ਾਹ ਜੀ ਕਹਿੰਦੇ ਤੈਨੂੰ ਪਤਾ ਹੈ ਕਿ ਜੋ ਤੂੰ ਬੀਜੇਗਾ ਤੈਨੂੰ ਉਹੀ ਮਿਲਣਾ ਹੈ। ਜਿਹਾ ਬੀਜੈ ਸੋ ਲੂਣਾ, ਕਰਮਾ ਸੰਧੜਾ ਖੇਤ। ਪਾਤਸ਼ਾਹ ਜੀ ਕਹਿਣ ਲੱਗੇ ਇਸੇ ਕਰਕੇ ਆਪਣੇ ਜੀਵਨ ਦੇ ਵਿੱਚ ਕੋਈ ਐਸਾ ਬੀਜ ਜਿਹਦਾ ਫਲ ਤੈਨੂੰ ਆਨੰਦਮਈ ਮਿਲੇ, ਜਿਹਦਾ ਫਲ ਤੈਨੂੰ ਸੁੱਖ ਵਾਲਾ ਮਿਲੇ, ਦੁਖੀ ਨਾ ਹੋਵੇ ਤੂੰ। ਇਸ ਕਰਕੇ ਤੈਨੂੰ ਪਤਾ ਹੋਣਾ ਚਾਹੀਦਾ ਜੋ ਤੂੰ ਬੀਜੇਗਾ ਤੈਨੂੰ ਉਹੀ ਮਿਲਣਾ ਹੈ। ਮਹਾਰਾਜ ਜੀ ਅੱਗੇ ਵਚਨ ਕਰਦੇ ਨੇ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਏ। ਇਹ ਮਨੁੱਖ ਚੰਗੀ ਤਰ੍ਹਾਂ ਸੋਚ, ਚੰਗੀ ਤਰ੍ਹਾਂ ਸਮਝ। ਜਿਵੇਂ ਆਪਾਂ ਇੱਕ ਸਰੀਰ ਦੀ ਬਣਤਰ ਨੂੰ ਦੇਖ ਲਈਏ ਨਾ, ਸਰੀਰ ਦੀ ਬਣਤਰ ਨਾਲ ਦੇਖਦੇ ਹਾਂ, ਮਹਾਰਾਜ ਨੇ ਦੋ ਕੰਨ ਦਿੱਤੇ ਨੇ, ਦੋ ਅੱਖਾਂ ਦਿੱਤੀਆਂ ਨੇ ਤੇ ਇੱਕ ਜ਼ਬਾਨ ਦਿੱਤੀ ਹੈ। ਮੈਂ ਬੇਨਤੀ ਕਰਨੀ ਚਾਹਾਂਗੀ, ਪਾਤਸ਼ਾਹ ਜੀ ਨੇ ਸਰੀਰ ਦੀ ਬਣਤਰ ਤੋਂ ਸਾਨੂੰ ਇੱਕ ਉਪਦੇਸ਼ ਦੱਸ ਦਿੱਤਾ ਕਿ ਭਲਿਆ ਕਿਸੇ ਚੀਜ਼ ਨੂੰ ਦੇਖਣਾ ਦੋ ਅੱਖਾਂ ਨਾਲ ਦੇਖ, ਪਹਿਲਾਂ ਪਰਖ, ਫਿਰ ਕੰਨਾਂ ਦੇ ਨਾਲ ਸੁਣ, ਚੰਗੀ ਤਰ੍ਹਾਂ ਵਿਚਾਰ ਕਰਕੇ ਫਿਰ ਇਹਨੂੰ ਜ਼ਬਾਨ ਦੇ ਨਾਲ ਬੋਲੀ। ਭਾਵ ਕਿ ਆਪਣੇ ਜੀਵਨ ਦੇ ਵਿੱਚ ਤੂੰ ਕੁਝ ਵੀ ਕਰਨਾ ਹੈ, ਪਹਿਲਾਂ ਸੋਚ ਵਿਚਾਰ ਕੇ ਕਰ ਕਿ ਇਹ ਗੁਰੂ ਨੂੰ ਪਸੰਦ ਹੈ, ਗੁਰੂ ਦੇ ਅਕੋਰਡਿੰਗ ਹੈ। ਫਿਰ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨੁੱਖ ਕੁਝ ਅਜਿਹਾ ਕੰਮ ਕਰ ਜਿਹਦੇ ਨਾਲ ਤੇਰੇ ਪ੍ਰੇਮ ਦੇ ਵਿੱਚ ਕੋਈ ਬੰਧਨ ਨਾ ਆ ਸਕੇ। ਭਾਵ ਤੂੰ ਪ੍ਰੇਮ ਦੇ ਬੰਧਨ ਦੇ ਵਿੱਚ ਬੱਝਾ ਰਵੇਂ, ਤੂੰ ਪਰਮੇਸ਼ਵਰ ਦੇ ਨਾਲ ਸਦਾ ਪ੍ਰੇਮ ਰਸ ਨੂੰ ਗ੍ਰਹਿਣ ਕਰਦਾ ਰਵੇਂ। ਇਸ ਕਰਕੇ ਕੋਈ ਅਜਿਹਾ ਪਾਸਾ ਢਾਲ, ਭਾਵ ਆਪਣੇ ਜੀਵਨ ਨੂੰ ਤਬਦੀਲ ਕਰ, ਆਪਣੇ ਜੀਵਨ ਦੀ ਚਾਲ ਨੂੰ ਥੋੜਾ ਜਿਹਾ ਚੇਂਜ ਕਰ ਗੁਰੂ ਦੇ ਹੁਕਮ ਅਨੁਸਾਰ। ਕਿਉਂਕਿ ਗੁਰੂ ਜੀ ਸਾਨੂੰ ਜਪਜੀ ਸਾਹਿਬ ਜੀ ਦੇ ਵਿੱਚ ਇਹ ਬਚਨ ਕਰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਭਲਿਆ ਗੁਰੂ ਦੇ ਹੁਕਮ ਅਨੁਸਾਰ ਆਪਣੇ ਜੀਵਨ ਦਾ ਪੈਂਡਾ ਤੈਅ ਕਰ। ਫਿਰ ਪਾਤਸ਼ਾਹ ਜੀ ਇੱਕ ਬਚਨ ਕਰਦੇ ਨੇ ਲਾਸਟ ਵਿੱਚ, ਕਹਿੰਦੇ ਨੇ ਕਿਸ ਲਾਹੇ ਉੱਪਰ ਘਾਲੀਐ। ਇਹ ਮਨੁੱਖ ਐਵੇਂ ਸੰਸਾਰ ਦੀਆਂ ਵਾਸ਼ਨਾਵਾਂ ਨੂੰ ਹੀ ਹੰਡਾਉਂਦਾ ਨਾ, ਇਸ ਸੰਸਾਰ ਤੋਂ ਚੱਲਿਆ ਜਾਵੇ। ਉਹ ਭਲਿਆ ਕੁਝ ਨਾ ਕੁਝ, ਕਿਸ ਕੁਝ ਨਾ ਕੁਝ ਐਸਾ ਕਰ ਜਿਹਦੇ ਵਿੱਚ ਤੈਨੂੰ ਲਾਹਾ ਮਿਲ ਸਕੇ। ਹੁਣ ਲਾਹੇ ਵਾਸਤੇ ਕੀ ਕਰਨਾ ਹੈ, ਉਹ ਪਾਤਸ਼ਾਹ ਜੀ ਸਾਨੂੰ ਸਲੋਕਾਂ ਵਿੱਚ ਦੱਸਦੇ ਨੇ। ਜਿਵੇਂ ਦੂਸਰੇ ਪਾਤਸ਼ਾਹ ਜੀ ਨੇ ਇਸ ਪੌੜੀ ਦੀ ਵਿਆਖਿਆ ਕਰਦੇ ਹੋਏ ਸਾਨੂੰ ਸਲੋਕ ਦੱਸੇ ਨੇ। ਸਲੋਕ ਦੱਸੇ ਨੇ, ਸਲੋਕ ਮਹੱਲਾ ਦੂਜਾ, ਇਹ ਕਨੇ ਹੀ ਆਸ ਕੀ ਦੂਜੇ ਲੱਗੇ ਜਾਏ। ਨਾਨਕ ਆਸਕ ਕਾਂਡੀਐ, ਸਦ ਹੀ ਰਹੇ ਸਮਾਏ। ਪਾਤਸ਼ਾਹ ਜੀ ਇੱਥੇ ਸਵਾਲ ਕਰਦੇ ਨੇ, ਥੋੜਾ ਵਿਅੰਗਮਈ ਵੀ ਸਵਾਲ ਕਰਦੇ ਨੇ ਕਿ ਇਹ ਮਨੁੱਖ ਕਿਸ ਪ੍ਰੇਮ ਦਾ ਤੂੰ ਦਾਅਵਾ ਕਰਦਾ ਹੈ, ਇਹ ਕਿਹੜੀ ਤੇਰੀ ਆਸ ਕੀ ਹੈ, ਕਿਹੜਾ ਤੇਰਾ ਪ੍ਰੇਮ ਹੈ ਕਿ ਇੱਕ ਪ੍ਰਭੂ ਨੂੰ ਛੱਡ ਕੇ ਦੂਸਰਿਆਂ ਦੇ ਪਿੱਛੇ ਵੀ ਰੁਲਦਾ ਫਿਰਦਾ ਹੈ।
ਮਹਾਰਾਜ ਕਹਿੰਦੇ ਨੇ ਇਹਨੂੰ ਆਸਕ ਨਹੀਂ ਆਖਿਆ ਜਾ ਸਕਦਾ, ਤੈਨੂੰ ਆਸਕ ਨਹੀਂ ਕਿਹਾ ਜਾ ਸਕਦਾ, ਤੈਨੂੰ ਪ੍ਰੇਮ ਤੇਰੇ ਜਿਹੜੇ ਭਾਵਾਂ ਨੂੰ ਪ੍ਰੇਮ ਨਹੀਂ ਆਖਿਆ ਜਾ ਸਕਦਾ ਜੇਕਰ ਤੂੰ ਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਵੀ ਪਰਵਾਹ ਕਰਦਾ ਹੈ। ਭਾਵ ਗੁਰੂ ਨੂੰ ਛੱਡ ਕੇ ਹੋਰ ਪਾਸੇ ਵੀ ਜਾਣਾ ਹੈ, ਪਾਤਸ਼ਾਹ ਜੀ ਕਹਿੰਦੇ ਤੂੰ ਸੱਚਾ ਆਸ਼ਕ ਨਹੀਂ ਹੈ। ਜਦੋਂ ਆਪਾਂ ਦੁਨੀਆਂ ਵਿੱਚ ਵਿਚਰਦੇ ਹਾਂ ਨਾ, ਮੈਂ ਬੇਨਤੀ ਕਰਦੀ ਹਾਂ ਕਿ ਜੀਵਨ ਵਿੱਚ ਵਿਚਰਦੇ ਹਾਂ ਅਸੀਂ ਸੁੱਖ ਦਾ ਕੰਮ ਲੈਣਾ ਹੋਵੇ ਤਾਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੁਲਾਉਂਦੇ ਹਾਂ ਆਪਣੇ ਘਰ। ਜਦੋਂ ਦੁਖੀ ਹੈ, ਦੁੱਖ ਹੈ, ਤਾਂ ਵੀ ਅਸੀਂ ਗੁਰੂ ਜੀ ਨੂੰ ਬੁਲਾਉਂਦੇ ਹਾਂ। ਪਰ ਜਿਸ ਵੇਲੇ ਜੀਵਨ ਦੀ ਰੁਟੀਨ ਹੁੰਦੀ ਹੈ, ਬਸ ਇੱਕ ਬੇਨਤੀ ਹੈ ਕਿ ਅਸੀਂ ਕੰਮ ਕੱਢ ਕੇ ਗੁਰੂ ਜੀ ਦੀ ਫਿਰ ਬਾਤ ਵੀ ਨਹੀਂ ਪੁੱਛਦੇ ਕਿ ਗੁਰੂ ਜੀ ਹੁਣ ਤੁਹਾਡੇ ਤੁਹਾਡੇ ਹੁਕਮ ਨੂੰ ਜੀਵਨ ਵਿੱਚ ਮੈਂ ਮੰਨਣਾ ਹੈ ਕਿ ਨਹੀਂ ਮੰਨਣਾ। ਪਾਤਸ਼ਾਹ ਜੀ ਕਹਿੰਦੇ ਲੱਗੇ ਭਲਿਆ, ਜਦੋਂ ਸਮਾਂ ਹੁੰਦਾ ਤੂੰ ਉਦੋਂ ਗੁਰੂ ਨੂੰ ਕਹਿੰਦਾ ਹੈ ਮੇਰਾ ਗੁਰੂ ਹੈ, ਪਰ ਜਿਸ ਵੇਲੇ ਜੀਵਨ ਦੀ ਰੁਟੀਨ ਹੁੰਦੀ ਤੂੰ ਆਪਣੀਆਂ ਵਾਸ਼ਨਾਵਾਂ ਦੇ ਵਿੱਚ ਇੰਨਾ ਰਚਿਤ ਹੋ ਜਾਂਦਾ ਹੈ ਕਿ ਭਲਿਆ ਤੈਨੂੰ ਗੁਰੂ ਦਾ ਸੰਦੇਸ਼, ਗੁਰੂ ਦਾ ਉਪਦੇਸ਼ ਭੁੱਲ ਜਾਂਦਾ ਹੈ, ਤੂੰ ਥਾਂ ਥਾਂ ਤੇ ਧੱਕੇ ਖਾਂਦਾ ਹੈ। ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਨਾਨਕ ਆਸਕ ਕਾਂਢੀ ਹੈ ਸਦ ਹੀ ਰਹੇ ਸਮਾਏ। ਪਾਤਸ਼ਾਹ ਜੀ ਕਹਿਣ ਲੱਗੇ ਅਸਲਾ ਪ੍ਰੇਮੀ ਉਹ ਹੈ, ਅਸਲੀ ਆਸ਼ਕ ਉਹੀ ਹੈ ਜੋ ਆਪਣੇ ਪ੍ਰਭੂ ਪਤੀ ਨੂੰ ਆਪਣੇ ਨਾਲ ਸਮਝਦਾ ਹੈ ਕਿ ਸਦਾ ਮੇਰੇ ਅੰਗ ਸੰਗ ਨੇ। ਕਿਉਂਕਿ ਗੁਰੂ ਪਿਆਰਿਓ, ਅੱਜ ਸਾਡਾ ਸੁਭਾਅ ਹੈ, ਅੱਜ ਮਨੁੱਖ ਜੇਕਰ ਕੋਈ ਮੰਦਾ ਕੰਮ ਕਰਦਾ ਹੈ ਉਹਨੂੰ ਇੰਝ ਪ੍ਰਤੀਤ ਹੁੰਦਾ ਹੈ ਸ਼ਾਇਦ ਮੈਨੂੰ ਕੋਈ ਦੇਖ ਨਹੀਂ ਰਿਹਾ। ਪਰ ਮੈਂ ਬੇਨਤੀ ਕਰਾਂ, ਅਸੀਂ ਸੰਸਾਰ ਦੇ ਲੋਕਾਂ ਤੋਂ ਤਾਂ ਛੁਪਾ ਸਕਦੇ ਹਾਂ ਪਰ ਅਸੀਂ ਨਿਰੰਕਾਰ ਤੋਂ ਨਹੀਂ ਛੁਪਾ ਸਕਦੇ, ਕਿਉਂਕਿ ਨਿਰੰਕਾਰ ਤਾਂ ਹਰ ਵੇਲੇ ਸਾਡੇ ਨਾਲ ਹੈ। ਤੇ ਜਿਸ ਵੇਲੇ ਆਹ ਬਿਰਤੀ ਆ ਜਾਵੇਗੀ ਨਾ ਕਿ ਪਰਮੇਸ਼ਵਰ ਮੇਰੇ ਨਾਲ ਹੈ, ਪਹਿਲੀ ਗੱਲ ਤੇ ਕਦੇ ਵੀ ਮਨੁੱਖ ਕੋਈ ਗਲਤ ਕਰਮ ਨਹੀਂ ਕਰੇਗਾ, ਪਤਾ ਹੋਵੇਗਾ ਪਰਮੇਸ਼ਵਰ ਮੈਨੂੰ ਵੇਖ ਰਿਹਾ ਹੈ। ਦੂਸਰੀ ਗੱਲ ਇਹ ਹੈ, ਕਦੇ ਵੀ ਮਨੁੱਖ ਨੂੰ ਇਕੱਲਾਪਨ ਮਹਿਸੂਸ ਨਹੀਂ ਹੋਵੇਗਾ, ਪਤਾ ਹੋਵੇਗਾ ਕੁਝ ਵੀ ਮੈਂ ਵਿਚਾਰ ਕਰਨੀ ਹੈ ਮੈਂ ਗੁਰੂ ਦੀ ਗੋਦ ਵਿੱਚ ਬਹਿ ਕੇ ਵਿਚਾਰ ਕਰ ਸਕਦਾ। ਭਾਵ ਇਹਦੇ ਨਾਲ ਦ੍ਰਿੜ ਵਿਸ਼ਵਾਸ ਵੀ ਮਿਲਦਾ ਹੈ ਤੇ ਇੱਕ ਮਨੁੱਖ ਦੇ ਮਨ ਨੂੰ ਜਿਵੇਂ ਇੱਕ ਲੰਗਾਮ ਵੀ ਲੱਗੀ ਰਹਿੰਦੀ ਹੈ, ਕਿਉਂਕਿ ਲੰਗਾਮ ਬਹੁਤ ਜ਼ਰੂਰੀ ਹੈ ਇੱਕ ਮਨ ਨੂੰ। ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਆਸ਼ਕ ਉਹਨੂੰ ਆਖਿਆ ਜਾਂਦਾ ਹੈ ਜੋ ਗੁਰੂ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝਦੇ ਨੇ। ਬਿਲਕੁਲ ਅੱਗੇ ਬਚਨ ਕਰਦੇ ਨੇ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ। ਪਾਤਸ਼ਾਹ ਜੀ ਕਹਿੰਦੇ ਤੇਰਾ ਸੁਭਾਅ ਹੈ, ਇਹ ਮਨੁੱਖ ਤੇਰਾ ਸੁਭਾਅ ਬਣ ਚੁੱਕਾ ਹੈ, ਜੇਕਰ ਕੋਈ ਚੰਗਾ ਕੰਮ ਹੋ ਗਿਆ ਤੂੰ ਕਹਿ ਦਿੱਤਾ ਇਹ ਚੰਗਾ ਕੰਮ ਹੈ, ਜੇਕਰ ਮੰਦਾ ਹੋ ਗਿਆ ਭਾਵ ਕੁਝ ਦੁੱਖ ਆ ਗਿਆ ਤੇਰੇ ਜੀਵਨ ਦੇ ਵਿੱਚ ਫਿਰ ਤੂੰ ਕਹਿ ਦਿੱਤਾ ਉਲਾਮਾ ਵੀ ਦੇ ਦਿੱਤਾ ਮਹਾਰਾਜ ਜੀ ਮੇਰੇ ਜੀਵਨ ਵਿੱਚ ਦੁੱਖ ਆ ਗਿਆ। ਜਿਵੇਂ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਬਿਲਕੁਲ ਕਿ ਤੇਰੇ ਵਿੱਚ ਆਹ ਗੁਣ ਨਹੀਂ ਹੈਗਾ ਰੰਗ ਹਸੀਏ ਰੰਗ ਰੋਵੀਏ, ਕਿਉਂਕਿ ਇਹ ਗੁਣ ਸਿਰਫ ਉਸ ਗੁਰਮੁਖ ਪਿਆਰਿਆਂ ਦੇ ਵਿੱਚ ਹੋ ਸਕਦੇ ਜਿਨ੍ਹਾਂ ਦੇ ਅੰਦਰ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਦ੍ਰਿੜ ਕੀਤਾ ਹੋਇਆ ਜਿਨ੍ਹਾਂ ਨੇ ਆਪਣੇ ਅੰਦਰ ਵਿੱਚ। ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਤੂੰ ਆਪਣਾ ਸੁਭਾਅ ਐਸਾ ਬਣਾ ਚੁੱਕਾ ਹੈ ਕਿ ਤੂੰ ਸੋਚਦਾ ਹੈ ਜੇਕਰ ਦੁੱਖ ਆ ਗਿਆ ਤੇ ਪਾਤਸ਼ਾਹ ਜੀ ਉਲਾਮਾ ਦੇ ਦਿੱਤਾ, ਜੇਕਰ ਸੁੱਖ ਆ ਗਿਆ ਫਿਰ ਕਹਿ ਦਿੱਤਾ ਇਹ ਪੇਦਾਤ ਤੇਰੀ ਦਾ ਧਰ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਫਿਰ ਅੱਗੇ ਬਚਨ ਕਰਦੇ ਆਸਕ ਇਹ ਉਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਮਹਾਰਾਜ ਜੀ ਕਹਿਣ ਲੱਗੇ ਭਲਿਆ ਤੈਨੂੰ ਸੱਚਾ ਪ੍ਰੇਮੀ ਨਹੀਂ ਆਖਿਆ ਜਾ ਸਕਦਾ ਜੇਕਰ ਤੇਰੇ ਪ੍ਰੇਮ ਦੇ ਵਿੱਚ ਅਜੇ ਮਾਪ ਤੋਲ ਹੈ। ਜੇ ਸੋਚਦਾ ਹੈ ਆਹ ਗੁਰੂ ਨੇ ਚੰਗਾ ਕੀਤਾ ਆਹ ਗੁਰੂ ਨੇ ਮੰਦਾ ਕੀਤਾ, ਇਹਦਾ ਮਤਲਬ ਤੂੰ ਸੱਚਾ ਪ੍ਰੇਮੀ ਨਹੀਂ। ਜਿਹੜਾ ਸੱਚਾ ਪ੍ਰੇਮੀ ਹੈ ਜੋ ਸੱਚਾ ਪ੍ਰੇਮ ਕਰਦੇ ਨੇ ਗੁਰੂ ਨੂੰ ਉਹ ਤਾਂ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕਰਦੇ ਨੇ, ਭਾਵੇਂ ਦੁੱਖ ਆਉਂਦਾ ਹੈ ਤੇ ਭਾਵੇਂ ਸੁੱਖ, ਹਰ ਵੇਲੇ ਗੁਰੂ ਦਾ ਸ਼ੁਕਰਾਨਾ ਕਰਦੇ ਨੇ, ਉਹਨਾਂ ਦੇ ਨਾਮ ਦੇ ਰਸ ਵਿੱਚ ਭਿੱਜੇ ਰਹਿੰਦੇ ਨੇ। ਜੀ ਜੀ ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਅਗਲਾ ਸਲੋਕ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਆਉਂਦਾ ਸਾਡੇ ਕੋਲ, ਸਲਾਮ ਜਵਾਬ ਦੋਵੇਂ ਕਰੇ ਮਨੁੱਖ ਉੱਥਾ ਜਾਏ, ਇਹ ਚ ਪਾਤਸ਼ਾਹ ਕੀ ਸਮਝਾਉਣਾ ਕਰਦੇ? ਹਾਂਜੀ, ਮਹੱਲਾ ਦੂਜਾ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਬਚਨ ਕਰਦੇ ਨੇ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਆ ਸੁਭਾਅ ਹੈ ਸਾਡਾ, ਸੁਭਾਅ ਕੀ ਹੈ? ਇੱਕ ਪਾਸੇ ਅਸੀਂ ਕਹਿੰਦੇ ਹਾਂ ਪਾਤਸ਼ਾਹ ਜੀ ਤੁਸੀਂ ਸਾਡੇ ਗੁਰੂ ਹੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਟੇਕਦੇ ਹਾਂ, ਪਰ ਜੇਕਰ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਗੱਲ ਆ ਜਾਵੇ ਤਾਂ ਫਿਰ ਅਸੀਂ ਸਵਾਲ ਵੀ ਉਠਾਉਂਦੇ ਹਾਂ ਪਾਤਸ਼ਾਹ ਜੀ ਆਹ ਕਿਉਂ ਜੀ। ਹੁਣ ਮੈਂ ਬੇਨਤੀ ਕਰਾਂ, ਅੱਜ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਕਿਉਂਕਿ ਖਜ਼ਾਨਾ ਨੇ ਬਹੁਤ ਵੱਡਾ, ਮੰਨਦੇ ਨੇ ਕਿ ਬਹੁਤ ਵੱਡਾ ਖਜ਼ਾਨਾ ਹੈ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਮੰਨਦੇ ਨੇ ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਮੈਂ ਬੇਨਤੀ ਕਰਨਾ ਚਾਹਾਂਗੀ, ਪਾਤਸ਼ਾਹ ਜੀ ਕਹਿੰਦੇ ਨੇ ਸਲਾਮ ਵੀ ਕਰਦਾ ਹੈ ਮੱਥਾ ਵੀ ਟੇਕਦਾ ਹੈ, ਪਰ ਜੇ ਮੈਂ ਕਹਾਂ ਕਿ ਤੂੰ ਆਪਣਾ ਜੀਵਨ ਬਦਲ ਲੈ,
ਮੈਂ ਕਹਾਂ ਅੰਮ੍ਰਿਤ ਛਕ ਲੈ, ਮੈਂ ਕਹਾਂ ਕੇਸ ਰੱਖ ਲੈ, ਜੋ ਗੁਰੂ ਕਹਿੰਦੇ ਨੇ ਉਸ ਅਕੋਰਡਿੰਗ ਆਪਣੇ ਜੀਵਨ ਨੂੰ ਤਬਦੀਲ ਕਰ ਲੈ, ਫਿਰ ਸਵਾਲ ਕਰਦਾ ਹੈ ਪਾਤਸ਼ਾਹ ਜੀ ਅੰਮ੍ਰਿਤ ਛਕਣ ਦੀ ਕੀ ਲੋੜ। ਫਿਰ ਸਵਾਲ ਹੁੰਦੇ ਨੇ ਕੇਸ ਰੱਖਣ ਦੀ ਕੀ ਲੋੜ, ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਸਿੱਖ ਬੱਚੇ ਵੀ ਇਹ ਸਵਾਲ ਕਰ ਉੱਠਦੇ ਨੇ ਪਾਤਸ਼ਾਹ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ। ਮਹਾਰਾਜ ਜੀ ਕਹਿਣ ਲੱਗੇ ਭਲਿਆ ਜਿਹੜੇ ਸਲਾਮ ਵੀ ਕਰਦੇ ਨੇ ਪਰ ਜਵਾਬ ਵੀ ਦਿੰਦੇ ਨੇ, ਭਾਵ ਗੁਰੂ ਦਾ ਕਹਿਣਾ ਵੀ ਨਹੀਂ ਮੰਨਦੇ, ਕਹਿੰਦੇ ਉਹ ਤਾਂ ਮੁੱਢੋਂ ਹੀ ਖੁੰਝੇ ਜਾਂਦੇ ਨੇ, ਖਿੰਝੇ ਜਾਂਦੇ ਨੇ ਭਾਵ ਮੁੱਢੋਂ ਹੀ ਪੱਟੇ ਜਾਂਦੇ ਨੇ, ਉਹਨਾਂ ਨੂੰ ਕਦੇ ਵੀ ਕਿਸੇ ਦਾ ਆਸਰਾ ਨਹੀਂ ਮਿਲਦਾ। ਤੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਸਲਾਮ ਵੀ ਕੀਤਾ ਜਵਾਬ ਵੀ ਕੀਤਾ, ਹੁਣ ਇਹ ਦੋਵੇਂ ਚੀਜ਼ਾਂ ਹੀ ਵਿਅਰਥ ਨੇ, ਭਾਵੇਂ ਆਣ ਕੇ ਨਤਮਸਤਕ ਵੀ ਹੋਇਆ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਮਨ ਦੁਬਦਾ ਵਿੱਚ ਹੈ। ਜੇਕਰ ਆਪਾਂ ਗੁਰੂ ਦੇ ਬਚਨ ਨੂੰ ਪੜ੍ਹਦੇ ਹਾਂ ਨਾ ਤੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇਣ ਲਈ ਇੱਕ ਬਚਨ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸਾਰੋ ਦਿਨ ਸਮਜੂਰੀ ਕਰੈ ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰ ਹੈ। ਇਹ ਸਾਡੀ ਦੁਬਦਾ ਹੈ ਸਾਡੇ ਮਨ ਦੇ ਵਿੱਚ। ਮਹਾਰਾਜ ਜੀ ਕਹਿੰਦੇ ਨੇ ਐ ਮਣਾ ਕਦੇ ਸੋਚ, ਸਾਰਾ ਦਿਨ ਮਜ਼ਦੂਰੀ ਕਰਦਾ ਹੈ, ਸਾਰਾ ਦਿਨ ਪੈਸੇ ਖਾਤਰ ਭੱਜਦਾ ਦੌੜਦਾ ਹੈ। ਤੇ ਜੇਕਰ ਆਪਾਂ ਆਪਣੇ ਜੀਵਨ ਦੇ ਵਿੱਚ ਦੇਖੀਏ ਨਾ, ਘਰਾਂ ਵਿੱਚ ਦੇਖੀਏ, ਬਾਹਰੋਂ ਬੰਦਾ ਕੰਮ ਕਰਕੇ ਆਉਂਦਾ ਹੋਵੇ ਤੇ ਸਾਰਾ ਦਿਨ ਮਜ਼ਦੂਰੀ ਕਰਦਾ ਹੋਵੇ, ਮਜ਼ਦੂਰੀ ਹੁੰਦੀ ਹੈ ਕਿਉਂਕਿ ਜਿਹੜਾ ਪੈਸਾ ਕਮਾਉਣਾ। ਬਿਲਕੁਲ। ਤੇ ਜੇਕਰ ਘਰੇ ਆਣ ਕੇ ਕੋਈ ਮਨੁੱਖ ਕਹਿ ਦੇਵੇ ਕਿ ਭਲਿਓ ਤੁਸੀਂ ਸਾਰਾ ਦਿਨ ਪੈਸੇ ਵਾਸਤੇ ਭੱਜ ਦੌੜ ਕੀਤੀ ਪਰ ਜੀਵਨ ਦਾ ਮੇਨ ਮਨੋਰਥ ਸੀ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮੇਨ ਮਨੋਰਥ ਤਾਂ ਇਹ ਸੀ ਚਲੋ ਕੋਈ ਨਾ ਕੁਝ ਨਾ ਕੁਝ ਆਪਾਂ ਟਾਈਮ ਗੁਰੂ ਦੀ ਭਗਤੀ ਵਿੱਚ ਲਾਉਂਦੇ ਹਾਂ, ਪਾਠ ਵਿੱਚ ਲਾਉਂਦੇ ਹਾਂ, ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਦੇ ਹਾਂ। ਤੇ ਦੇਖਿਆ ਗਿਆ ਹੈ ਬਹੁਤੇ ਹੀ ਘਰਾਂ ਵਿੱਚ ਦੇਖਿਆ ਗਿਆ ਹੈ, ਉਹ ਲੋਕ ਗੁੱਸੇ ਹੋਣਗੇ, ਉਹ ਕਹਿਣਗੇ ਲੋਕ ਕਿ ਤੁਹਾਨੂੰ ਪਤਾ ਨੀ ਮੈਂ ਸਾਰਾ ਦਿਨ ਥੱਕਿਆ ਹਾਰਿਆ ਆਇਆ, ਤੁਸੀਂ ਹੁਣ ਮੈਨੂੰ ਕਹਿ ਰਹੇ ਹੋ ਕਿ ਮੈਂ ਪਾਠ ਕਰਾਂ, ਹੁਣ ਤੁਸੀਂ ਕਹਿ ਰਹੇ ਹੋ ਮੈਂ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਾਂ, ਹੁਣ ਤੁਸੀਂ ਕਹਿ ਰਹੇ ਹੋ ਮੈਂ ਸਿਮਰਨ ਕਰਾਂ। ਸੋ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਦੇਖ ਤੇਰਾ ਜੀਵਨ ਕਿੱਧਰ ਨੂੰ ਜਾ ਰਿਹਾ ਏ, ਜੇਕਰ ਮਜ਼ਦੂਰੀ ਕਰਦਾ ਹੈ ਉਦੋਂ ਤੂੰ ਥੱਕਦਾ ਹੈ ਜਦੋਂ ਹਰ ਸਿਮਰਨ ਕੀ ਬੇਲਾ ਬੱਜਰ ਸਿਰ ਪਰ ਹੈ। ਮੈਂ ਬੇਨਤੀ ਕਰਦੀ ਹੁੰਦੀ ਹਾਂ ਜੇ ਉਸੇ ਵੇਲੇ ਫੋਨ ਆ ਜਾਵੇ ਜਾਂ ਸੁਨੇਹਾ ਮਿਲ ਜਾਵੇ ਕਿ ਭਲਿਆ 2-3 ਘੰਟੇ ਹੋਰ ਕੰਮ ਕਰ ਲੈ, ਇੰਨਾ ਪੈਸੇ ਦਾ ਮੁਨਾਫਾ ਹੋਵੇਗਾ ਤੇ ਮਨੁੱਖ 1 ਸਕਿੰਟ ਵੀ ਨੀ ਲਾਏਗਾ, ਥਕਾਵਟ ਸਾਰੀ ਖਤਮ ਹੋ ਜਾਏਗੀ। ਬਿਲਕੁਲ। ਇਸੇ ਕਰਕੇ ਸਾਡਾ ਸੁਭਾਅ ਬਣ ਚੁੱਕਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਜਿੰਨਾ ਚਿਰ ਆਪਣੇ ਜੀਵਨ ਨੂੰ ਤਬਦੀਲ ਨਹੀਂ ਕਰਦਾ, ਗੁਰੂ ਨੂੰ ਮੰਨਦਾ ਹੈ ਪਰ ਗੁਰੂ ਦੀ ਜਿੰਨਾ ਚਿਰ ਮੰਨਦਾ ਨਹੀਂ ਉਨਾ ਚਿਰ ਤੇਰਾ ਪਾਰ ਉਤਾਰਾ ਨਹੀਂ ਹੋਣਾ। ਸੋ ਪਾਤਸ਼ਾਹ ਜੀ ਬਾਰ ਬਾਰ ਬਚਨ ਕਰਦੇ ਨੇ ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ। ਆਪਣੇ ਮਨ ਨੂੰ ਸਮਝਾ ਕੇ ਰੱਖ, ਜਦੋਂ ਗੁਰੂ ਦਾ ਨਾਮ ਲੈਣਾ ਹੁੰਦਾ ਹੈ ਤੇ ਕਿਉਂ ਆਲਸਪੁਣਾ ਦਿਖਾਉਂਦਾ ਹੈ, ਭਾਵ ਇਹ ਮਨ ਦੇ ਵਿੱਚ ਦੁਬਦਾ ਹੈ ਤੇ ਪਾਤਸ਼ਾਹ ਜੀ ਇੱਕ ਬਚਨ ਕਰਦੇ ਨੇ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਬੀਜ ਇੱਕ ਹੋਵੇਗਾ ਨਾ ਤਾਂ ਹੀ ਕੁਝ ਪੌਦਾ ਪੈਦਾ ਹੋਵੇਗਾ, ਤਾਂ ਹੀ ਬੂਟਾ ਪੈਦਾ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਇੱਕ ਬੀਜ ਦੇ ਦੁਫਾੜੇ ਕਰ ਦਿੱਤੇ ਜਾਵੇ ਦਿੱਤੇ ਜਾਣ ਜਾਂ ਤੋੜ ਦਿੱਤਾ ਜਾਵੇ ਉਹ ਕਦੇ ਵੀ ਉੱਗੇਗਾ ਨਹੀਂ। ਐ ਮਣਾ ਤੂੰ ਆਪਣੇ ਮਨ ਵੱਲ ਦੇਖ, ਸਲਾਮ ਵੀ ਕੀਤਾ ਜਵਾਬ ਵੀ ਦਿੱਤਾ, ਪਾਤਸ਼ਾਹ ਜੀ ਕਹਿੰਦੇ ਨੇ ਦੁਬਧਾ ਮਨ ਵਿੱਚ ਰੱਖੀ ਤੇ ਮਹਾਰਾਜ ਕਹਿਣ ਲੱਗੇ ਭਲਿਆ ਕਿਵੇਂ ਤੇਰੇ ਆ ਖੁਸ਼ਹਾਲੀ ਦਾ ਬੀਜ ਉੱਗ ਸਕਦਾ ਨਹੀਂ ਉੱਗ ਸਕਦਾ। ਜਦੋਂ ਅਸੀਂ ਮਨ ਨੂੰ ਆਪਣੇ ਨੂੰ ਪੜ੍ਹਦੇ ਹਾਂ ਨਾ ਤੇ ਸਾਡਾ ਮਨ ਪਤਾ ਨੀ ਕਿੰਨੇ ਟੁਕੜਿਆਂ ਵਿੱਚ ਵੰਡਿਆ ਹੋਇਆ ਹੈ, ਇੱਕ ਮਨ ਸੋਚ ਰਿਹਾ ਹੈ ਪ੍ਰੈਜੈਂਟ ਬਾਰੇ, ਇੱਕ ਪਾਸਟ ਬਾਰੇ, ਇੱਕ ਫਿਊਚਰ ਬਾਰੇ ਸੋਚ ਰਿਹਾ ਹੈ। ਇਹ ਮਣਾ ਕਿਤੇ ਟਿਕ ਕੇ ਤੂੰ ਗੁਰੂ ਦੇ ਨਾਮ ਨੂੰ ਧਿਆ, ਕਿਤੇ ਟਿਕ ਕੇ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਵਾ, ਜੋ ਪੌੜੀ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਲਿਆ ਕਿਤੇ ਪਰਮੇਸ਼ਵਰ ਜਿਸ ਪਰਮੇਸ਼ਵਰ ਨੇ ਸਭ ਕੁਝ ਕੀਤਾ ਜੀ ਜੀ ਸੋ ਐਸਾ ਕੰਮ ਕਰ ਕਿਸ ਲਾਹੇ ਉੱਪਰ ਘੱਲੀਏ, ਕੁਝ ਐਸਾ ਕੰਮ ਕਰ ਕੋਈ ਐਸੀ ਘਾਲਣਾ ਕਰ ਜਿਹਦੇ ਨਾਲ ਤੈਨੂੰ ਕੁਝ ਲਾਹਾ ਮਿਲ ਸਕੇ, ਤੇਰੇ ਜੀਵਨ ਨੂੰ ਲਾਹਾ ਮਿਲ ਸਕੇ, ਤੇਰਾ ਮੇਨ ਮਨੋਰਥ ਪੂਰਾ ਹੋ ਸਕੇ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ, ਇਹ ਮਨੁੱਖ ਬੜੇ ਚਿਰਾਂ ਬਾਅਦ ਇਹ ਜੀਵਨ ਮਿਲਿਆ ਹੈ। ਇਹ ਗੱਲ ਆਪਣੇ ਮਨ ਵਿੱਚੋਂ ਵਿਸਾਰਨਾ ਕਿ ਇਹ ਜਨਮ ਤੈਨੂੰ ਸੌਖਾ ਹੀ ਮਿਲ ਚੁੱਕਾ ਹੈ, ਬੜਾ ਔਖਾ ਮਿਲਿਆ, ਬੜੇ ਚਿਰਾਂ ਬਾਅਦ ਮਿਲਿਆ, ਸੋ ਅਜੇ ਵੀ ਸਮਾਂ ਹੈ ਜੇਕਰ ਤੇਰੇ ਕੋਲ ਸਵਾਸ ਨੇ,
ਸੋ ਉਸ ਪਰਮੇਸ਼ਵਰ ਦੀ ਭਗਤੀ ਵਿੱਚ ਰੱਖ ਆਪਣੇ ਮਨ ਨੂੰ, ਉਸ ਪਰਮੇਸ਼ਵਰ ਦੇ ਉਪਦੇਸ਼ ਨੂੰ ਦ੍ਰਿੜ ਕਰਵਾ, ਤਾਂ ਹੀ ਤੇਰੇ ਜੀਵਨ ਦਾ ਭਲਾ ਹੋ ਸਕਦਾ। ਬਿਲਕੁਲ ਬਿਲਕੁਲ। ਸੋ ਆਸਾ ਕੀ ਵਾਰ ਦੀ ਜੇ ਗੱਲ ਕਰੀਏ ਤਾਂ ਸਾਰੀ ਹਰ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਵੱਖਰਾ ਤੇ ਬਹੁਤ ਹੀ ਵੱਡਾ ਤੇ ਵਧੀਆ ਸੰਦੇਸ਼ ਦਿੱਤਾ। ਸੋ 21ਵੀਂ ਪੌੜੀ ਦੀ ਵਿਆਖਿਆ ਹੋ ਚੁੱਕੀ ਹੈ। ਜਿਸ ਤਰ੍ਹਾਂ ਹੁਣੇ ਇਸ ਪੌੜੀ ਦੇ ਵਿੱਚ ਹੀ ਗੱਲ ਕਰ ਰਹੇ ਸੀ ਕਿ ਅਸੀਂ ਬਹਾਨੇ ਬਹੁਤ ਲਗਾਉਂਦੇ ਹਾਂ। ਅਸੀਂ ਕਹਿੰਦੇ ਕਿ ਹਾਂ ਇੰਨਾ ਟਾਈਮ ਮੈਂ ਕੰਮ ਕੀਤਾ, ਹੁਣ ਮੈਂ ਪਾਠ ਕਰਾਂ, ਹੁਣ ਮੈਂ ਥੱਕ ਗਿਆ। ਤਾਂ ਇਹ ਜਿਹੜੀ ਮਾਨਸਿਕਤਾ ਹੈਗੀ ਹੈ, ਇਹ ਤਕਰੀਬਨ ਸਭ ਦੀ ਬਣੀ ਹੋਈ ਹੈ, ਅਸੀਂ ਸਭ ਵੀ ਉਸਦੇ ਵਿੱਚ ਸ਼ਾਮਿਲ ਹਾਂ। ਤਾਂ ਇਹ 'ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ? ਗੁਰੂ ਨਾਲ ਜੇ ਪ੍ਰੇਮ ਹੋਵੇ ਫਿਰ ਇੱਦਾਂ ਦੀਆਂ ਗੱਲਾਂ ਨਹੀਂ ਆਉਂਦੀਆਂ ਮਨ ਦੇ ਵਿੱਚ। ਹਾਂਜੀ ਹਾਂਜੀ, ਇਹ ਸਭ ਪ੍ਰੇਮ ਹੀ ਸਭ ਤੋਂ ਵੱਡੀ ਚੀਜ਼ ਹੈ। ਗੱਲ ਹੈ ਕਿ ਜਿਹੜਾ ਮਨ ਹੈ ਨਾ, ਇਹ ਬਹੁਤ ਚਲਾਕ ਹੈ। ਮੈਂ ਬੇਨਤੀ ਕਰਦੀ ਹੁੰਦੀ ਹਾਂ ਕਿ ਮਨ ਜਿਹੜਾ ਹੈ ਨਾ, ਬਹੁਤ ਚਲਾਕ ਹੈ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਹਮੇਸ਼ਾ ਹੀ ਕਰਦਾ ਹੈ, ਆਹ ਕਰਨ ਦੀ ਕੀ ਲੋੜ, ਉਹ ਕਰਨ ਦੀ ਕੀ ਲੋੜ। ਬਿਲਕੁਲ। ਜਦੋਂ ਭਾਈ ਸਾਹਿਬ, ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਨਾ ਕਿ ਭਾਈ ਸਾਹਿਬ ਜੀ ਅੱਜ ਦੇ ਮਨੁੱਖ ਦੀ ਹਾਲਤ ਕਿਹੋ ਜੀ ਹੈ, ਤੇ ਭਾਈ ਸਾਹਿਬ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਨੁੱਖ ਇਸ ਤਰ੍ਹਾਂ ਦਾ ਸੁਭਾਅ ਰੱਖਦਾ ਏ, ਪੂਛਤ ਹੈ ਪਥਕ ਤੇ ਮਾਰਗ ਨਾ ਧਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਕਹਿਣ ਲੱਗੇ ਮਨੁੱਖ ਰਾਹ ਤਾਂ ਪੁੱਛਦਾ, ਹੁਣ ਪੁੱਛਿਆ ਗੁਰੂ ਤੋਂ ਪਾਤਸ਼ਾਹ ਜੀ ਮੈਨੂੰ ਰਾਹ ਦੱਸੋ, ਤੇ ਪਾਤਸ਼ਾਹ ਜੀ ਨੇ ਰਾਹ ਦੱਸ ਦਿੱਤਾ, ਐ ਭਰਿਆ ਗੁਰਸਿੱਖ ਮੀਤ, ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ, ਭਲ ਮਨੋ ਹਰ ਹਰ ਕਥਾ ਨਿਰਾਲੀ। ਮਹਾਰਾਜ ਨੇ ਰਾਹ ਦੱਸ ਦਿੱਤਾ ਕਿ ਭਲਿਆ ਆਹ ਚਾਲ ਤੁਰੇਗਾ ਤੇ ਤੂੰ ਆਪਣੀ ਮੰਜ਼ਿਲ ਤੱਕ ਪਹੁੰਚ ਜਾਏਗਾ। ਪਰ ਮਨੁੱਖ ਇੱਕ ਕਦਮ ਪੁੱਟਦਾ ਨੀ, ਫਿਰ ਗੁਰੂ ਨੂੰ ਇਲਾਮ ਦਿੰਦਾ ਏ, ਗੁਰੂ ਜੀ ਮੇਰਾ ਕੁਝ ਬਣਿਆ ਨੀ, ਮੇਰੇ ਉੱਤੇ ਤੁਹਾਡੀ ਬਖਸ਼ਿਸ਼ ਕਿਉਂ ਨੀ ਹੋਈ? ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਭਲਿਆ ਜਿੰਨਾ ਚਿਰ ਗੁਰੂ ਦੇ ਦੱਸੇ ਹੋਏ ਹੁਕਮ ਨੂੰ ਮੰਨਦਾ ਨੀ, ਤੇ ਭਲਿਆ ਆਪਣੇ ਪ੍ਰੀਤਮ ਦੇ ਦੇਸ਼ ਕਿਵੇਂ ਪਹੁੰਚ ਸਕਦਾ, ਨਹੀਂ ਪਹੁੰਚ ਸਕਦਾ। ਸੋ ਅੱਗੇ ਜਦੋਂ ਭਾਈ ਸਾਹਿਬ ਜੀ ਨੂੰ ਪੁੱਛਿਆ ਗਿਆ, ਇੱਕ ਮੈਂ ਬੇਨਤੀ ਕਰਨਾ ਜ਼ਰੂਰ ਚਾਹਾਂਗੀ, ਇੱਕ ਸਾਡਾ ਸਵਾਲ ਹੈ ਅੱਜ ਦਾ, ਬੜੇ ਜਾਣਿਆਂ ਦਾ ਸਵਾਲ ਹੈ ਕਿ ਅਸੀਂ ਤਾਂ ਸੇਵਾ ਵੀ ਬੜਾ ਕਰਦੇ ਹਾਂ ਜੀ, ਬਾਣੀ ਵੀ ਬੜੀ ਪੜ੍ਹਦੇ ਹਾਂ, ਪਰ ਸਾਨੂੰ ਕਦੇ ਆਨੰਦ ਨਹੀਂ ਮਿਲਿਆ। ਸਾਨੂੰ ਕਹਿੰਦੇ ਜੀਵਨ ਦੇ ਵਿੱਚੋਂ ਆਨੰਦ ਮਿਲਦਾ ਏ, ਗੁਰੂ ਜੀ ਨੇ ਵੀ ਆਖਿਆ ਆਨੰਦ ਪਿਆ। ਹਾਂਜੀ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਕਹਿੰਦੇ ਪਤਾ ਨੀ ਆ ਕਿਹੜੇ ਆਨੰਦ ਦੀ ਗੱਲ ਕਰਦੇ ਨੇ, ਸਾਨੂੰ ਤਾਂ ਕਦੇ ਆਨੰਦ ਮਿਲਿਆ ਨੀ। ਤੇ ਜਦੋਂ ਭਾਈ ਸਾਹਿਬ ਜੀ ਨੂੰ ਪੁੱਛਿਆ ਗਿਆ, ਭਾਈ ਸਾਹਿਬ ਜੀ ਮਨੁੱਖ ਦਾ ਸਵਾਲ ਹੈ ਕਿ ਕਦੇ ਆਨੰਦ ਤਾਂ ਬਾਣੀ ਤੋਂ ਮਿਲਿਆ ਨੀ, ਬੜੀ ਸੇਵਾ ਕੀਤੀ, ਬਣੀ ਬਾਣੀ ਪੜ੍ਹੀ, ਤੇ ਉਸ ਵੇਲੇ ਭਾਈ ਸਾਹਿਬ ਜੀ ਨੇ ਨਾ ਇੱਕ ਬਚਨ ਕੀਤਾ, ਉਦਾਹਰਨ ਦੇ ਕੇ ਸਾਨੂੰ ਸਮਝਾਇਆ। ਕਹਿਣ ਲੱਗੇ, ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਐ ਮਨੁੱਖ ਜੇਕਰ ਤੂੰ ਮਨ ਲੈ ਖੰਡ ਦਾ ਸਵਾਦ ਚੱਖਣਾ ਚਾਹੁੰਦਾ ਹੈ, ਜੀ ਖੰਡ ਦਾ ਸਵਾਦ ਚੱਖਣਾ ਚਾਹੁੰਦਾ ਹੈ, ਤੇ ਤੂੰ ਸਾਰੀ ਦਿਹਾੜੀ ਇਹ ਕਹੀ ਜਾਵੇਂ ਖੰਡ ਬੜੀ ਮਿੱਠੀ ਹੁੰਦੀ ਹੈ ਜੀ, ਖੰਡ ਦਾ ਸਵਾਦ ਬੜਾ ਮਿੱਠਾ ਹੁੰਦਾ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਇੱਕ ਦਿਨ ਛੱਡ, ਕਈ ਦਿਨ ਕਹੀ ਜਾ, ਤੈਨੂੰ ਖੰਡ ਦਾ ਸਵਾਦ ਨਹੀਂ ਮਿਲਣਾ। ਐ ਮਨੁੱਖ ਜੇ ਸੱਚੀ ਮੁੱਚੀ ਤੇਰੇ ਮਨ ਵਿੱਚ ਇੱਛਾ ਹੈ, ਚਾਓ ਹੈ, ਤੂੰ ਖੰਡ ਦਾ ਸਵਾਦ ਚੱਖਣਾ ਹੈ, ਇੱਕ ਕੰਮ ਕਰ, ਚੁਟਕੀ ਭਰ ਖੰਡ ਦੀ ਤਲੀ ਤੇ ਧਰ ਤੇ ਆਪਣੀ ਜੀਭਾ ਦੇ ਨਾਲ ਛੁਆਈ, ਤੈਨੂੰ ਖੰਡ ਦਾ ਸਵਾਦ ਮਿਲਣਾ ਸ਼ੁਰੂ ਹੋ ਜਾਵੇਗਾ। ਅੱਜ ਕੀ ਹੋ ਰਿਹਾ ਹੈ ਤਕਰੀਬਨ ਸਾਰਿਆਂ ਦੇ ਵਿੱਚ, ਇਹ ਹੋ ਰਿਹਾ, ਅਸੀਂ ਕਹਿੰਦੇ ਹਾਂ, ਸੁਣਦੇ ਵੀ ਬਹੁਤ ਹਾਂ, ਬਸ ਕਹਿਣ ਸੁਣ ਤੱਕ ਹੀ ਸਾਡੀ ਸਿੱਖੀ ਰਹਿ ਗਈ, ਕਮਾਉਣ ਤੋਂ ਅਸੀਂ ਬੜੀ ਦੂਰ ਜਾ ਰਹੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਜੇਕਰ ਤੂੰ ਜੀਵਨ ਦਾ ਸਵਾਦ ਲੈਣਾ ਏ, ਜੀਵਨ ਦਾ ਰਸ ਲੈਣਾ ਏ, ਤੇ ਭਲਿਆ ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰ ਦੇ, ਫਿਰ ਹੀ ਤੈਨੂੰ ਜੀਵਨ ਦਾ ਰਸ ਮਿਲੇਗਾ। ਬਿਲਕੁਲ ਬਿਲਕੁਲ, ਅੱਜ ਕੱਲ ਸਾਡੇ ਇਹੀ ਬਹਾਨੇ ਹੁੰਦੇ ਨੇ ਜ਼ਿਆਦਾਤਰ ਕਿ ਸਾਡਾ ਮਨ ਨਹੀਂ ਲੱਗਦਾ ਬਾਣੀ ਪੜ੍ਹਨ ਦੇ ਵਿੱਚ, ਕਿਉਂ ਅਸੀਂ ਨਿਤਨੇਮ ਕਰੀਏ, ਕਿਉਂ ਅਸੀਂ ਪਾਠ ਕਰੀਏ। ਤਾਂ ਕੁਛ ਦਿਨ ਪਹਿਲਾਂ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਸੁਣ ਰਹੇ ਸੀ, ਤਾਂ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਅਗਰ ਸਾਡੇ ਘਰਾਂ ਦੇ ਵਿੱਚ ਬਿਜਲੀ ਲੱਗੀ ਹੋਈ ਹੈ, ਲਾਈਟ ਲੱਗੀ ਹੋਈ ਹੈ, ਤੇ ਅਸੀਂ ਉਹਦਾ ਕਨੈਕਸ਼ਨ ਹੀ ਕੱਟ ਦਈਏ ਕਿ ਲਾਈਟ ਤਾਂ ਆਉਂਦੀ ਨਹੀਂ ਹੈ, ਕਿ ਥੋੜ੍ਹੇ ਟਾਈਮ ਲਈ ਲਾਈਟ ਚਲੇਗੀ 2 ਘੰਟੇ ਲਈ, ਤੇ ਅਸੀਂ ਉਹਦਾ ਕਨੈਕਸ਼ਨ ਕੱਟਤਾ ਤਾਂ ਲਾਈਟ ਕਦੇ ਵੀ ਨਹੀਂ ਆਏਗੀ। ਪਰ ਉਦੋਂ ਆਸ ਹੁੰਦੀ ਹੈ ਕਿ ਹਾਂ ਕਨੈਕਸ਼ਨ ਅਸੀਂ ਤਾਂ ਹੀ ਰੱਖਦੇ ਹਾਂ ਕਿ ਲਾਈਟ ਕਦੇ ਨਾ ਕਦੇ ਤਾਂ ਆਏਗੀ। 4 ਘੰਟੇ ਦਾ ਕੱਟ ਲੱਗਿਆ, 12 ਘੰਟੇ ਦਾ ਕੱਟ ਲੱਗਿਆ, ਪਰ ਉਸ ਤੋਂ ਬਾਅਦ ਤਾਂ ਆਏਗੀ। ਇਸੇ ਤਰ੍ਹਾਂ ਹੀ ਨਿਤਨੇਮ ਹੈ ਕਿ ਨਿਤਨੇਮ ਕਰਨਾ ਨਾ ਛੱਡੋ, 5 ਬਾਣੀਆਂ ਨੇ ਜਿਹੜੀਆਂ ਉਹ ਰੋਜ਼ਾਨਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਕਿਉਂਕਿ ਸਾਡੇ ਲਈ ਹੀ ਗੁਰੂ ਸਾਹਿਬ ਦੇ ਕੇ ਗਏ ਨੇ, ਸਾਨੂੰ ਜੀਵਨ ਜਾਚ ਦੇ ਕੇ ਗਏ ਨੇ।
ਅਸੀਂ ਨਹੀਂ ਪੜਾਂਗੇ ਤਾਂ ਹੋਰ ਕੌਣ ਪੜੇਗਾ ਸੋ ਅਸੀਂ ਨਿਤਨੇਮ ਕਰੀਏ ਬਾਣੀ ਦੇ ਧਾਰਨੀ ਬਣੀਏ ਤੇ ਆਸਾ ਕੀ ਵਾਰ ਇਹ ਵਿਆਖਿਆ ਸ਼ੁਰੂ ਕਰਨ ਦਾ ਸਾਡਾ ਇਹੀ ਮਕਸਦ ਹੈ ਕਿ ਆਸਾ ਕੀ ਵਾਰ ਨੂੰ ਅਸੀਂ ਨਿਤਨੇਮ ਦਾ ਅੰਗ ਬਣਾਈਏ ਜੇ ਅਸੀਂ ਆਸਾ ਕੀ ਵਾਰ ਨੂੰ ਸਿਰਫ ਇਸੇ ਬਾਣੀ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਤਾਂ ਸਾਡਾ ਜੀਵਨ ਇੱਕ ਸੁਚੱਜਾ ਜੀਵਨ ਬਣ ਸਕਦਾ ਸੋ ਇੱਥੇ ਅਸੀਂ ਵਿਆਖਿਆ ਦੀ ਸਮਾਪਤੀ ਕਰਾਂਗੇ ਬੀਬੀ ਹਰਪ੍ਰੀਤ ਕੌਰ ਵਾਹਿਗੁਰੂ ਜੀ ਸਾਡੇ ਕੋਲ ਆਏ 2 ਦਿਨ ਦਾ ਟਾਈਮ ਤੁਸੀਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਗੇ ਵੀ ਅਸੀਂ ਵਿਆਖਿਆ ਕੰਟੀਨਿਊ ਰੱਖਾਂਗੇ ਤੁਸੀਂ ਤੁਹਾਡੇ ਕੋਈ ਸਵਾਲ ਹੋਣ ਸੁਝਾਅ ਹੋਣ ਅੱਜ ਦੀ ਵਿਆਖਿਆ ਨੂੰ ਲੈ ਕੇ ਜਾਂ ਗੁਰਮਤਿ ਸੰਬੰਧੀ ਕੋਈ ਵੀ ਸਵਾਲ ਹੋਵੇ ਤੁਸੀਂ ਸਾਨੂੰ ਭੇਜ ਸਕਦੇ ਹੋ ਸਾਡਾ ਈਮੇਲ ਪਤਾ ਨੋਟ ਕਰ ਲਓ editorpunjabi@zeemedia.slgroup.com SMS ਭੇਜਣ ਲਈ ਤੁਸੀਂ ਟਾਈਪ ਕਰੋ ਇੱਕ ਓਂਕਾਰ ਸਪੇਸ ਤੇ ਕਿ ਆਪਣਾ ਸਵਾਲ ਸੁਝਾਅ ਆਪਣਾ ਨਾਮ ਲਿਖੋ ਅਤੇ ਭੇਜ ਦਿਓ 5757 5 ਉੱਤੇ ਚਿੱਠੀ ਪੱਤਰ ਦੇ ਜ਼ਰੀਏ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡਾ ਪਤਾ ਹੈ ਏਕ ਓਂਕਾਰ ਜ਼ੀ ਪੰਜਾਬ ਹਰਿਆਣਾ ਹਿਮਾਚਲ FC 19 Sector 16 ਏ ਫਿਲਮ ਸਿਟੀ ਨੋਇਡਾ 201301 ਤੁਹਾਡੇ ਸਵਾਲਾਂ ਅਤੇ ਸੁਝਾਵਾਂ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਸੋ ਹੁਣ ਵੇਲਾ ਹੋ ਚੁੱਕਿਆ ਅੱਜ ਦੀ ਕਥਾ ਸਰਵਣ ਕਰਨ ਦਾ ਭੁੱਲਾਂ ਚੁੱਕਾਂ ਦੀ ਖਿਮਾ ਰੱਬ ਰਾਖਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ